ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ ਭਿੰਡਰ ਡੇਅਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਪਿੰਡ ਧੀਰੇਕੋਟ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਜੰਡਿਆਲਾ। ਇਸ ਘਰ 'ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ, ਅੱਜ ਫਿਰ ਪਹੁੰਚੇ ਹਾਂ ਵੀਰ ਕੋਲ। ਟੋਟਲ 4 ਮੱਝਾਂ ਸੇਲ ਕਰਨੀਆਂ ਜੀ, 1 ਤਾਜ਼ੀ ਸੂਈ ਅਤੇ 3 ਗੱਬਣਾਂ। ਚੰਗੀਆਂ ਸੋਹਣੀਆਂ ਸੁਨੱਖੀਆਂ ਮੱਝਾਂ ਦਿਖਾਵਾਂਗੇ, ਨੀਲੀ ਰਾਵੀ ਦੀ ਗੱਬਣ, ਟੋਪ ਦੀ ਮੱਝ ਦਿਖਾਵਾਂਗੇ ਅੱਜ, ਅਤੇ ਬਾਕੀ ਵੀ ਤਿੰਨੇ ਜਿਹੜੀਆਂ ਬਹੁਤ ਹੀ ਸੋਹਣੀਆਂ ਸੁਨੱਖੀਆਂ ਜੀ। ਅਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ, ਹਰ ਵਾਰ ਦੀ ਤਰ੍ਹਾਂ ਕਿਸੇ ਵੀ ਵੀਡੀਓ ਤੋਂ, ਕਿਸੇ ਵੀ ਚੈਨਲ ਤੋਂ, ਕਿਸੇ ਵਪਾਰੀ ਕੋਲੋਂ ਤੁਸੀਂ ਪਸ਼ੂ ਖਰੀਦਣਾ, ਕਿਸੇ ਵੀਰ ਭੈਣ ਭਰਾ ਨੇ ਸੂਏ ਸਵਾਏ ਪਸ਼ੂ ਨੂੰ 2 ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ। ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹੇ ਜੀ। ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ, ਇਹਨਾਂ ਮੱਝਾਂ ਦੀ ਡਿਟੇਲ ਲਵਾਂਗੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਆ ਜੀ? ਵਧੀਆ ਵਧੀਆ, ਕਿਰਪਾ ਮਹਾਰਾਜ ਜੀ, ਠੀਕ ਠਾਕ ਜੀ। ਠੀਕ ਹੈ ਜੀ, ਕਿੰਨੇ ਪਸ਼ੂ ਸੇਲ ਕਰਨੇ ਆ ਜੀ? 4 ਪਸ਼ੂ ਵੀਰੇ, 4 ਚਾਰੇ ਮੱਝਾਂ ਹਨਾ? ਹਾਂਜੀ ਹਾਂਜੀ, ਸੋਹਣੀਆਂ ਸੁਨੱਖੀਆਂ ਟੌਪ ਦੀਆਂ, ਚੰਗੀਆਂ ਵਧੀਆ ਵਾ। ਉਹਦਾ ਤੇ 7 ਡੰਗਰ ਹੀ ਕੱਲ ਵੇਖੇ ਦੋ, ਠੀਕ ਆ, 3 ਵੇਖੇ ਦੋ, ਮੈਂ ਤੁਹਾਨੂੰ ਫੋਨ ਕੀਤਾ, ਮੈਂ ਹਾਂ ਹੁਣ 4 ਹੀ ਪਾ ਦਿੰਦੇ ਹਾਂ। ਹਾਂਜੀ, ਤੇ ਇੱਕ ਹੀ ਤਾਜ਼ੀ ਸੂਈ ਆ? ਹਾਂਜੀ, ਇਹਦੀ ਤਾਜ਼ੀ ਨਹੀਂ, ਮਹੀਨੇ ਦੀ ਸੂਈ ਆ। ਅੱਛਾ, ਮਹੀਨੇ ਦੀ ਸੂਈ, ਮਹੀਨੇ ਦੀ ਸੂਈ ਆ, ਠੀਕ ਆ, ਕੱਟੀ ਮਗਰ ਆ। ਕੈਨੇਡਾ ਵਾਲਾ ਵੀਰ ਅੱਜ ਨਾਲ ਹੀ ਖਲੋਤਾ। ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਠਾਕ ਜੀ? ਸਭ ਚੜ੍ਹਦੀ ਕਲਾਈ ਤੇ। ਕਿੱਦਾਂ ਮਾਹੌਲ ਚਾਲ, ਵਧੀਆ ਲੱਗਣ ਡਿਆ ਵਾਂਗ ਨੇ? ਮਾਹੌਲ ਚਾਲ ਬਹੁਤ ਵਧੀਆ, ਇਸੇ ਮਾਹੌਲ 'ਚ ਗਏ ਆ ਜੀ ਪਹਿਲਾਂ। ਠੀਕ ਠੀਕ ਹੈ, ਠੀਕ ਹੈ। ਮੈਂ ਤੂੰ ਇਦਾਂ ਨਹੀਂ ਕੀ ਕਿੱਦਾਂ ਕਰ ਦਿੰਦੇ ਹੋ ਜਿਹੜੇ ਦਿਨ ਜਿਹੜੇ ਬਾਹਰੋਂ ਆਉਂਦੇ ਆ, ਹਾਂਜੀ, ਬੋਲੀ ਜੀ ਬਦਲ ਦਿੰਦੇ ਹੁੰਦੇ ਨਾ, ਜਿੱਦਾਂ ਪੱਠੇ ਪਾਉਂਦਾ ਹੀ ਗਿਆ ਨਾ, ਕਹਿੰਦੇ ਨੇ ਜਿੱਦਾਂ ਕਿੱਦਾਂ ਹੋ ਗਿਆ ਹੋ ਗਿਆ। ਐਡਰੈਸ ਵੀਰ ਜੀ ਦੱਸ ਦਿਓ ਆਪਣਾ। ਵੀਰ ਜੀ, ਆਪਾਂ ਨੂੰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਪੈਂਦਾ, ਹਾਂਜੀ, ਸ਼ਹਿਰ ਜੰਡਿਆਲਾ ਗੁਰੂ ਦੇ ਨਾਲ ਧੀਰੇਕੋਟ ਪਿੰਡ ਆ, ਦਾਣਾ ਮੰਡੀ ਵਾਲੀ ਸਾਈਡ ਤੇ ਪਿੰਡ ਜੀ। ਹਾਂਜੀ, ਤੇ ਫੋਨ ਨੰਬਰ ਦੱਸ ਦਿਓ ਜੀ। ਨੰਬਰ ਹੈਗਾ 7874-04611, ਵਟਸਐਪ ਵਾਲਾ ਨੰਬਰ 9985-53-811। ਠੀਕ ਹੈ ਜੀ। ਹਾਂਜੀ, ਤੇ ਮੇਰੇ ਭਰਾ ਨਾ ਵੀਡੀਓ ਜਿੰਨੇ ਵੇਖਣੀ ਹੁੰਦੀ ਆ, ਜਾਂ ਚਲੋ ਕੋਈ ਨਹੀਂ, ਉਹ ਤਰੀਕ ਵੇਖ ਲਿਆ ਕਰੋ ਮਾੜੀ ਜੀ, ਮਹੀਨਾ ਮਹੀਨਾ ਪੁਰਾਣੀ ਵੀਡੀਓ ਤੇ ਫਿਰ ਦੱਸਣਾ ਪੈਂਦਾ ਵੀ ਭਾਜੀ ਉਹ ਵੇਖੀ ਆ। ਚਲੋ ਕੋਈ ਗੱਲ ਨਹੀਂ, ਚਲੋ ਵਧੀਆ। ਭੈਣ ਭਰਾ ਜਦੋਂ ਸ਼ਕਲ ਵੇਖ ਲੈਂਦੇ, ਚਿਹਰਾ ਵੇਖ ਲੈਂਦੇ ਆ ਨਾ ਕਿਸੇ ਦਾ, ਵੀ ਉਹ ਫੋਨ ਹੀ ਉਹ ਇਸੇ ਕਰਕੇ ਲਾਉਂਦੇ ਆ। ਤੁਹਾਡੇ ਪਿੰਡ ਦਾ ਵੀਰ ਇੱਕ, ਹਾਂਜੀ, ਮੈਂ ਉਹਨੂੰ ਘੱਟ ਤੋਂ ਘੱਟ 20-25 ਦਿਨ ਹੋ ਗਏ ਫੋਨ ਲਾਉਂਦੇ ਨੂੰ ਭਰਾ ਨੂੰ, ਮੇਰੇ ਖਿਆਲ ਦੇ ਨਾਲ ਜੇ ਮੈਂ 10 ਦਿਨ ਫੋਨ ਕਿਸੇ ਦਾ ਵੀ ਨਹੀਂ ਚੁੱਕਿਆ ਤੇ ਨਾ ਉਹਦਾ ਹੀ ਚੁੱਕਿਆ ਗਿਆ। ਜੀ 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 ਜੀ, ਉਹਨੇ ਕਹਾ ਕਿਤੇ ਉਹ ਨਹੀਂ ਲਈ ਜਾਂਦਾ, ਲੈਣੀ ਤੇ ਤੇਰੇ ਕੋਲ ਲੈਣੀ, ਮੈਂ ਮਹੀਨੇ ਬਾਅਦ ਦੇਦਾ, ਮੈਂ ਫੋਨ ਰਾਤੀ ਕੀਤਾ ਸੀ ਨਾ। ਹਾਂਜੀ ਹਾਂਜੀ, ਤੇਰਾ ਭਰਾ ਵਾ ਬੋਬੀ ਵੀਰ ਦਾ ਨਾਮ ਆ। ਹਾਂਜੀ, ਤੇ ਮੈਨੂੰ ਇਸੇ ਗੱਲ ਦੀ ਬੜੀ ਖੁਸ਼ੀ ਸੀਗੀ ਯਾਰ, ਉਹਨੇ ਬਹੁਤ ਜ਼ਿਆਦਾ ਯਕੀਨ ਕੀਤਾ ਮੇਰੇ ਤੇ। ਜੀ, ਆਪਣਾ ਸੱਜਣ ਆ ਵੀ। ਹਾਂਜੀ, ਤੇ ਮੈਨੂੰ ਇਸ ਗੱਲ ਦਾ ਬੜਾ, ਰਾਤੀ ਇੱਥੇ ਬੈਠੇ ਆ ਤੇ ਫੋਨ ਕੀਤਾ, ਬੈਠ ਪਾਈ ਵੀਡੀਓ, ਦੂਜੀ ਗੱਲ ਹੀ ਨਹੀਂ ਵੀਰ ਨੇ ਕੀਤੇ ਤਾਂ ਪੈਸੇ ਕਿੰਨੇ ਪਾਉਣ ਦਾ। ਠੀਕ ਹੈ ਠੀਕ ਹੈ, ਮੈਂ ਚਲੋ ਵਧੀਆ ਗੱਲ ਹੈ, ਇਹੋ ਜਿਹੇ ਭਰਾਵਾਂ ਨਾਲ ਵਰਤਣ ਦਾ ਖੁਦ ਹੀ ਮਜ਼ਾ ਆ ਜਾਂਦਾ। ਹਾਂਜੀ ਹਾਂਜੀ, ਤੇ ਕਰੀਏ ਸ਼ੁਰੂਆਤ ਹਨਾ, ਨੀਲੀ ਰਾਵੀ ਤੋਂ ਹੀ ਕਰੀਏ। ਤੇ ਇਹਦਾ ਵੀਰ ਜੀ ਸੂਆ ਕਿਨਵਾ ਆਊਗਾ? ਸੂਆ ਤੀਜਾ ਜੀ, ਤੀਜਾ ਸੂਆ ਤੇ ਚੌੜੀ ਚੰਗੀ ਆ, ਹੈ ਇਹ ਇਹਨੂੰ ਕਹਿ ਸਕਦੇ ਵੀ ਤੇਰੇ ਵਰਗੀ ਆ, ਬਾਕੀ ਸੋਹਣੀ ਵੀ ਪੂਰੀ, ਨਿਸ਼ਾਨੀਆਂ ਸਾਰੀਆਂ ਹੀ। ਪਿਓਰ ਤੇ ਚੱਡੇ ਗਾਈਆਂ ਨਾਲੋਂ ਜ਼ਿਆਦਾ ਚੱਡਾ ਮਾਰਿਆ ਜਾਂਦਾ। ਦੇਣ ਕਿੰਨੇ ਕ ਲੈ ਜੂਗਾ ਜੀ? ਦੋ ਦਿਨ ਲੈ ਜੂ, ਅੱਜ ਸੂਬੇ ਕੱਲ ਸੂਬੇ, ਬਾਕੀ ਜਿੰਨੀ ਮੈਂ ਬਣੀ ਆ। ਆ ਵੇਖ ਬਾਈ, ਚੱਡਾ ਵੇਖੋ ਮੈਂ ਦਾ ਕਿੰਨਾ ਤੋਰਾ ਦੇ ਭਲਵਾਨਾਂ ਵਾਲਾ ਵਾ ਕੇ, ਇਹਦਾ ਸੋਹਣਾ ਲੇਵਾ, ਸਿੰਗ ਦੀ ਕੁਆਲਿਟੀ, ਬਾਕੀ ਪਿੱਠ ਪੁੜਾ ਚੰਗਾ ਚੌੜਾ, ਪੂਰੀ ਵੱਡੀ ਆ ਕੇ। ਆ ਵੇਖ,
ਬਹੁਤ ਜ਼ਿਆਦਾ ਚੰਗੀ ਮਹਿਮ ਆ ਪੂਰੀ ਸੋਹਣੀ ਆ। ਚਲੋ ਵਪਾਰੀ ਫਿਰ ਤੋਰ ਦੇ ਜਿੰਨਾ ਲੇਵਾ ਲੱਗਾ ਨਾ 15-16 ਕਿਲੋ ਦੀ ਮਾਲ ਮਿਲਣੀ ਤੋਰ ਦੇ ਵੀਰ ਮਣੀ ਜੀ ਹੋਰ ਤੋਰ ਦੇ ਲੰਮੀ ਆ ਵੇਖੋ ਕੁਆਲਿਟੀ ਚੈੱਕ ਕਰਾਈਏ ਇੱਕ ਰਾਂ ਵੀ ਚੌੜਾਈ ਚੈੱਕ ਕਰੋ ਚੌੜੀ ਕਿੰਨੀ ਕੁ ਉੱਚ ਦਿੰਦਰ ਵੀਰ ਉਦਾਂ ਚੌੜੀ ਕਿੰਨੇ ਫੁੱਟ 2.5 ਫੁੱਟ ਕਹਿ ਸਕਦੇ 2 ਫੁੱਟ ਇਹ ਤੁਹਾਡੇ ਜਫੇ ਚ ਬਣੀ ਆਉਣੀ ਆ ਥਾਣ ਬੜਾ ਸੋਹਣਾ ਥਣਾਂ ਦੀ ਆਪਾਂ ਟਪਾ ਕੇ ਦੇਵਾਂਗੇ ਸੂਪ ਵੀ ਆਪਾਂ ਧਾਰਾ ਮਰਾ ਕੇ ਦੇਵਾਂਗੇ ਵੇਖੋ ਮੁੜ ਕੇ ਕਹਿੰਦੇ ਇੰਨਾ ਦੁੱਧ ਨਹੀਂ ਕੀਤਾ ਉਹਦੇ ਅਗਲੇ ਨੇ ਸਾਂਭਣੀ ਹੈ ਹਾਂਜੀ 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 ਅਸੀਂ ਤਾਂ ਚਲੋ ਲੇਵੇ ਦਾ ਜਾਂ ਡਿਜ਼ਾਇਨ ਸਰੀਰ ਦਾ ਵੇਖ ਕੇ ਵੀ ਨੀਲੀ ਦੀ ਮੈਂ ਦੁੱਧ ਵੱਧ ਕਰਾਂ ਹਾਂਜੀ ਨੀਲੀ ਦੀ ਚਲੋ ਭਰਾ ਫੋਨ ਹੀ ਬੜਾ ਲਾਉਂਦੇ ਆ ਤੇ ਚੇਚੀ ਲੱਭ ਕੇ ਲਿਆਂਦੀ ਯਾਰ ਕਾ ਇਹ ਇਹ ਕਿ ਭੈਣ ਨਹੀਂ ਖਰੀਦਣੀ ਆ ਚਲੋ ਲੈ ਜੇ ਕੋਈ ਭੈਣ ਲੈ ਜੇ ਸੋਹਣੀ ਬੜੀ ਆ ਮੈਂ ਹਾਂਜੀ ਹਾਂਜੀ ਹਾਂ ਸੁਣਾ ਪਾਲੀ ਸੋਹਣੀ ਆ ਚੌੜੀ ਆ ਬਾਕੀ ਟਿੱਪਣ ਵਾਲੀ ਚਵਾਈ ਦੀ ਪੋਲੀ ਨਿਕਲੂਗੀ ਇਹ ਗਰੰਟੀ ਤਾਂ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਤਾਂ ਇਹ 95,000 ਹੀ ਕਰ ਲੈਂਦੇ ਬਾਕੀ ਫੋਨ ਲਾਵੇ ਜਿਹਨੂੰ ਪਸੰਦ ਆ ਠੀਕ ਗੱਲ ਜ਼ਰੂਰ ਹੈ ਵੀ ਚਲੋ ਦੁੱਧ ਵਾਲੀ ਮੈਂ ਨਿਕਲੀ ਸਾਫ ਸੁਥਰੀ ਬੜੀ ਹਾਂਜੀ ਸੋਹਣੀ ਸੁਨੱਖੀ ਆ ਥਾਣਾ ਦਾ ਗੈਪ ਚੰਗਾ ਥਾਣ ਬੜਾ ਸੋਹਣਾ ਲੱਗਾ ਜੀ ਜਿੱਦਾਂ ਦੇਵਾ ਮੈਂ ਪੂਰੀ ਸੁਨੱਖੀ ਆ ਠੀਕ ਹੈ ਜੀ ਕੋਈ ਚੂਣ ਪੋਲੀ ਨਿਕਲੂਗੀ ਹਾਂ ਜਿਵੇਂ ਕੋਈ ਚਲੋ ਤੁਸੀਂ ਕਹਿੰਦੇ ਭੈਣ ਕੋਈ ਭੈਣ ਫੋਨ ਕਰੂਗੀ ਕਿਸੇ ਨੂੰ ਸਵਾਉਣ ਦੀ ਵੀ ਦਿੱਕਤ ਆ ਸਕਦੀ ਹਾਂ ਚਲੋ ਸਾਈ ਬੈਨਾ ਪਾ ਦੇਣ ਸੂਫੂਗੀ ਤੇ ਫੇਰ ਤਾਰਾ ਮਾਰ ਕੇ ਆਪਣੀ ਸੂਈ ਵੀ ਲੈ ਜੇ ਭਾਵੇਂ ਬਿਆਨਾ ਪੱਕਾ ਕਰੇ ਹਨ ਕਹਿ ਦਿੰਦੇ ਵੀ ਸਾਡੀ ਹਵੇਲੀ ਦੂਰ ਆ ਜਾਂ ਸਾਡੇ ਕੋ ਧਿਆਨ ਨਹੀਂ ਰੱਖਿਆ ਜਾਣਾ ਹਾਂਜੀ ਹਾਂਜੀ ਇਹ ਨਾ ਕਰ ਸਕਦੇ ਆ ਵੀ ਅੱਜ ਕੱਲ ਸੂਫੂਗੀ ਬਿਆਨਾ ਪਾ ਤੇ ਸਵਾਈ ਦਾ ਮੁੱਲ ਬਦਲ ਤਾ ਨਾ ਜਾਊਗਾ ਕਿਤੇ ਨਹੀਂ ਨਹੀਂ ਇਹ ਨਹੀਂ ਕੰਮ ਕਰਨਾ ਉਹਨਾਂ ਹੀ ਰੱਖੋਗੇ ਨਾ ਨਹੀਂ ਨਹੀਂ ਮੁੱਲ ਜੋ ਹੋ ਗਿਆ ਉਹੀ ਰਹੂਗਾ ਠੀਕ ਹੈ ਜਿੱਥੇ ਸੌਦਾ ਬਣ ਗਿਆ ਘਟਾ ਲਵਾਂਗੇ ਵਧਾਉਂਦੇ ਨਹੀਂ ਹੈ ਠੀਕ ਆ ਤੇ ਆ ਦੂਜੇ ਨੰਬਰ ਵਾਲੀ ਜਿਹੜੀ ਇਹਨੇ ਦਿਨ 10 ਕੀ ਖਾਣੇ ਆ ਝੋਟੀ ਨੇ 10 ਦਿਨ ਲੈ ਜੀ ਕੱਟੀ ਆ ਦੇ ਦੇ ਚਲੋ ਆਪਣੇ ਡੰਗਰਾਂ ਦੀ ਜੱਤ ਫੋਰ ਘਟ ਆ ਜੱਤ ਵਾਲੀ ਝੋਟੀ ਤੇ ਸੂਆ ਇਹਦਾ ਸੂਆ ਵੀ ਜੀ ਦੂਜਾ ਦੂਜਾ ਰੰਗ ਕਾਲਾ ਹੀ ਆ ਕਿ ਹੈਗਾ ਵਾਲ ਚਿੱਟਾ ਕੋਈ ਕਾਲੀ ਜਾਰੀ ਕਾਲੀ ਥੋੜੀ ਨਹੀਂ ਕਾਲੀ ਮੈਂ ਤਾਂ ਕੁਝ ਨਹੀਂ ਮੈਨੂੰ ਨਹੀਂ ਉਹ ਦੇਖਦਾ ਮੈਂ ਹਾਂ ਤੁਹਾਡੇ ਨਜ਼ਰ ਚ ਕੀ ਦਾ ਪਿਆ ਵੇ ਮੈਂ ਤਾਂ ਘੜੀ ਦੀ ਘੜੀ ਆਇਆ ਵਾ ਨਹੀਂ ਨਹੀਂ ਚਿੱਟਾ ਇੱਕ ਵੀ ਵਾਲਿਆ ਨਹੀਂ ਤੇ ਰੰਗ ਵੇਖੋ ਕਿੰਨਾ ਜ਼ਿਆਦਾ ਕਾਲਾ ਰੰਗ ਦੀ ਕਾਲੀ ਭਾਰਾ ਜਿਹੜੀ ਮੁੱਲ ਇਹੋ ਜੇ ਕਰਨੇ ਆ ਵੀ ਜਾਣੀਆਂ ਇਹ ਰੰਗ ਦੀ ਕਾਲੀ ਤੇ ਦਿਲ ਦੀ ਚੰਗੀ ਹੋਵੇ ਤੇ ਉਹ ਰੱਬ ਜਾਣੇ ਵਾਕਾ ਜਿਹੜੀਆਂ ਰੰਗ ਦੀਆਂ ਜੁੱਟੀਆਂ ਦਿਲ ਦੀਆਂ ਕਾਲੀਆਂ ਹੋ ਜਾਂਦੀਆਂ ਜਾਇਦਾਂ ਦੀ ਗੱਲ ਨਾ ਹੀ ਕਰੀਏ ਚਲੋ ਕੋਈ ਗੱਲ ਨਹੀਂ ਹਾਂਜੀ ਆ ਵੇਖੋ ਜੀ ਸੋਹਣੀ ਪੂਰੀ ਸੂਆ ਦੂਜਾ ਦੂਜਾ ਸੂਆ ਬਾਕੀ ਇਹ ਵੀ ਚਲੋ ਨਸਲ ਜ਼ਿਆਦਾ ਬੜੀ ਆ ਗੱਡੀ ਦਿਨ 10 ਕਿ ਲੈ ਜੀ 10 ਤੋਂ ਵੱਧ ਨਹੀਂ ਖੜਦੀ ਥਾਣੇ ਦਾ ਵੀ ਚੰਗਾ ਲੱਗਾ ਸੱਤੀ ਆ ਪੁੱਤੋਂ ਵੀ ਪੋਲੀ ਪਈ ਆ ਗੱਡੀ ਥੱਲੇ ਵੀ ਪੋਲੀ ਪਈ ਆ ਆ ਵੇਖੋ 10,000 ਰੁਪਇਆ ਸਸਤੀ ਹੋ ਜਾਣੀ ਆ 10 ਦਿਨ ਕੱਚੀ ਜੀ ਹਾਂ 10,000 ਰੁਪਇਆ ਤਿਆਰ ਚੰਗੀ ਹੋ ਜਾਊਗੀ ਕਿ 60,000 ਦੀ ਗੱਡੀ ਆ 65,000 ਦੀ ਤਿਆਰ ਹੋ ਕੇ 65 ਤੋਂ ਵੀ 70 ਦੀ ਹੋ ਜਾਊਗੀ 65 ਦੀ ਤੇ ਐਵੇਂ ਹੀ ਇਹਨਾਂ ਨੂੰ ਪੁਰੇ ਜਾਂਦਾ ਹੋ ਜਾਣੀ ਆ ਤੁਹਾਨੂੰ ਪਤਾ ਹੋਵੇ ਬਿਲਕੁਲ ਸੋਹਣੀ ਆ ਭਾਣਾ ਦਵਾਂਗੇ ਨਹੀਂ ਜੇ ਕੋਈ ਸੰਭੂਗਾ ਸਾਹ ਨੂੰ ਛੱਡ ਦੇਵਾਂਗੇ ਬਾਕੀ ਸੋਹਣੀ ਬੜੀ ਗੱਡੀ ਸਿੰਘ ਬੜਾ ਸੋਹਣਾ ਲੱਗਾ ਠੰਡੀ ਸੀਲ ਠੰਡੀ ਸੀਲ ਆ ਬਾਕੀ ਟਪਾਈ ਬੜੀ ਪੋਲੀ ਆ ਤੇ ਕਿੰਨਾ ਮੁੱਲ ਕਰਨਾ ਮੈਂ ਤਾਂ 65 ਦੀ ਜਦੋਂ ਕਹਿਣਾ ਹੋ ਜਾਣੀ 65 ਦੀ ਦੇ ਦਿੰਦੇ ਆ ਹੋਣੀ 65 ਦੀ ਨਹੀਂ ਹੁਣ ਜਾਇਜ਼ ਕਰੀਏ ਹਿਸਾਬ ਨਾਲ ਦਵਾਂਗੇ ਜੇ 10 ਦਿਨ ਕੋਈ ਸਾਂਭ ਕੇ ਸਾਂਭ ਲੂਗਾ ਤੇ ਉਹ ਵੀ 2 ਰੁਪਏ ਕਮਾਈ ਕਰ ਲੂਗਾ ਹਾਂਜੀ 60 ਦੀ ਦੇ ਦਈਏ ਮਾਣ ਦਾਣ ਕਿੰਨਾ ਕਰ ਲਓ 2000 ਕਰ ਦਾਂਗੇ 58,000 ਦੀ 57,000 ਦੀ ਦੇ ਦਾਂਗੇ ਯਾਰ ਭਾਜੀ ਚਲੋ 55,000 ਦੀ ਜਾਣ ਦੇ ਪਰਾਂ ਨਾ ਕਰੋ ਚਲੋ 56,000 ਦੀ ਦੇ ਦਾਂਗੇ ਜਾਣ ਦੇ 55,000 ਦੀ ਫੋਨ ਤੇ ਕਰ ਲਾਂਗੇ ਪਰ 55,000 ਤੋਂ ਨਹੀਂ ਘਟਣਾ ਮੁੜ ਕੇ ਅੱਛਾ 55,000 ਤੋਂ ਨਹੀਂ ਘਟਣਾ ਬਾਕੀ ਸੋਹਣੀ ਸੁਨੱਖੀ ਪੂਰੀ ਆ ਆ ਵੇਖ 60,000 ਦੀ ਕੱਟੀ ਤੇ ਐਵੇਂ ਹੋ ਜਾਣੀ ਆ ਠੀਕ ਆ ਬਾਕੀ ਜਿਹੜਾ
ਆਹ ਵੇਖੋ ਜੀ 55,000 ਮੁੱਲ ਕੀਤਾ ਵੀ ਇਹਨੇ ਤਾਂ ਥਣ ਥੁਣ ਇੱਕ ਨਾ ਵੇਖ ਲਓ ਲਾਗੇ ਤੋਂ ਬਹੁਤ ਸੋਹਣਾ ਲੱਗਾ ਕੁਆਲਿਟੀ ਚੰਗੀ ਆ ਸਿੰਘ ਵੀ ਬੜਾ ਸੋਹਣਾ ਜੀ ਇਹਦਾ ਤੇ ਅੱਗੇ ਇਹ ਕੱਚੀ ਵੀਰ ਜੀ ਸਿੰਘ ਬੜਾ ਸੋਹਣਾ ਲੱਗਾ ਜੀ ਹਾਂਜੀ ਠੀਕ ਆ ਤਿਆਰ ਹੋ ਗਏ ਸੂਆ ਦੂਜਾ ਹੀ ਹੋਊ ਇਹਦਾ ਦੂਜਾ ਸੂਆ ਤੇ ਇੱਕ ਮਹੀਨਾ ਪੂਰਾ ਠੀਕ ਹੈ ਹਰਿਆਣੇ ਤੋਂ ਤੇ ਮਗਰ ਕੱਟੀ ਆਈ ਤੇ ਉਹਨਾਂ ਸਾਂਭੀ ਤੋਂ ਮੁੰਡੇ ਨੇ ਮੁੜ ਕੇ ਬਾਹਰ ਜਾਣਾ ਸੀ ਤੇ ਚਲੋ ਆਪਾਂ ਠੀਕ ਆ ਬਾਕੀ ਕੱਦ ਕਾਰਡ ਪੂਰਾ ਵੱਡਾ ਵਾ ਇਹਦਾ ਲੈ ਜਾ ਉਹ ਵੀ ਇੱਥੇ ਵੀ ਲੱਗੇ ਧੌਣ ਤੇ ਵੀ ਚਿੱਟੜ ਮਾੜੇ ਮੁੱਟੇ ਹੈਗੇ ਹਾਂਜੀ ਸਵੇਰੇ ਦਵਾਈ ਮਲਦੇ ਲੱਗੇ ਮੈਂ ਰਹਿਣ ਦੇ ਯਾਰ ਇਹਦੇ ਉਹਨਾਂ ਨੂੰ ਲੱਗਦੇ ਹਰਿਆਣੇ ਦੀਆਂ ਕੱਟੀਆਂ ਜੀ 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 ਅੱਛਾ ਇਹ ਗੱਲ ਤੁਹਾਡੇ ਕੋ ਪਤਾ ਲੱਗੀ ਮੈਨੂੰ ਤਾਂ ਮੈਨੂੰ ਨਹੀਂ ਪਤਾ ਲੱਗਦੇ ਮੈਂ ਉਥੋਂ ਲਿਆਂਦੇ ਨਾ ਡੰਗਰ ਹਾਂਜੀ ਤੋਂ ਮੈਂ ਉਥੇ ਬਾਪੂ ਨੂੰ ਕਹਿਤਾ ਨਾ ਬਾਪੂ ਜੀ ਆ ਚਿੱਟੜ ਲੱਗੇ ਲਾ ਦਾ ਨਾ ਪੁੱਤ ਨਾ ਆਂਦਾ ਇਹ ਕਰਮਾਲੇ ਦੇ ਹਰਿਆਣੇ ਉਤੇ ਫੱਗੂ ਦੀ ਮੰਡੀ ਲੱਗਦੀ ਆ ਹਰਿਆਣੇ ਤੇ ਮੈਂ ਲਾਉਣ ਲੱਗਾ ਪਿਆ ਨੂੰ ਆਪ ਤੇ ਵੀ ਲਾ ਦਈਏ ਨਾ ਹਾਂ ਨਾ ਪੁੱਤ ਦਾ ਇਹ ਨਹੀਂ ਲਾਉਣੇ ਅੱਛਾ ਕੀ ਗੱਲ ਪੁੱਛਿਆ ਜਾਂਦਾ ਨਹੀਂ ਗੱਲ ਕੋਈ 100 ਗੱਲਾਂ ਹੁੰਦੀਆਂ ਨਹੀਂ ਦੱਸਣੀ ਮੈਂ ਚਲੋ ਠੀਕ ਆ ਸਹੀ ਆ ਤੇ ਇਹ ਦੁੱਧ ਵੀਰ ਜੀ ਕਿੰਨਾ ਕੁ ਚਵਾਈ ਜਾਊ ਦੁੱਧ ਵੀਰ ਜੀ ਚਲੋ ਜਿਹੜੇ ਹਿਸਾਬ ਦੀ ਗੱਟੀ 13-14 ਕਿਲੋ ਨੂੰ ਆਂਦਾ ਵਿਕੀ ਹੈ ਹਾਂਜੀ ਕਰਤੂਤ ਵਾਲੀ ਹੈ ਮਾੜੀ ਨਹੀਂ ਹੈ ਤੇ ਅਸੀਂ ਵੈਸੇ ਦੀ ਗੱਟੀ ਤੋਂ ਹੋ ਜਾਣੀ ਹੈ ਬਾਕੀ ਚਲੋ ਆਪਾਂ ਤੇ ਦੇ ਲੈਣੀ ਕਿੰਨਾ ਮੁੱਲ ਕਰ ਲਿਆ ਕੋਈ ਨੋਟ ਕਰ ਲਿਆ ਇਹਦੀ ਵੀਡੀਓ 'ਚ ਪੈਣ ਡਈ ਆ ਆਈ ਤਰੀਕ ਤਾਂ ਕਿ ਸੋਣੀ ਹਾਂਜੀ ਸੂਗੀ ਨਹੀਂ 72 ਫੋਲੋ ਜੂ ਦਿਹਾੜੀ ਡੰਗ ਅੱਗਾ ਪਿਛਾ ਹੋ ਸਕਦਾ ਕਈ ਭਾ ਬਿਲਕੁਲ ਤਰੀਕ ਨੋਟ ਕਰਦੇ ਜੀ ਜੀ ਦੋ ਦਿਨ ਪਹਿਲਾਂ ਵੀ ਸੂ ਸਕਦੀ 2-4 ਦਿਨ ਬਾਅਦ ਵੀ ਸੂ ਬਿਲਕੁਲ ਬਾਕੀ ਦੇ ਦਾਂਗੇ 70 ਦੀ ਜਿਹੜੀ ਹੁਣ ਮਾਣ ਤਾਣ ਕਰੋ ਖੁੱਲਾ ਜਿਹਾ ਰੱਖ ਕੇ 65,000 ਦੇ ਦਾਂਗੇ ਛੋੜ ਇਹ ਵੀ 80,000 ਦੀ ਗੱਡੀ ਹੈਗੀ ਆ ਛੋੜ ਕਿੰਨੀ ਕਰਨੀ 65,000 ਚ ਕਰਦਾਂਗੇ 2500 ਕਰਦੀ ਆ 1250 ਦੇ ਦਾਂਗੇ ਭਾਜੀ ਦੱਸੋ 1250 ਚੋਂ ਕਿੰਨੀ ਛੱਡੋਗੇ ਜਿੰਨੇ ਕਹੂਗਾ ਕਿੰਨੇ ਕਿ ਤੁਸੀਂ ਦੱਸੋ ਕਿੰਨੇ ਛੱਡੋਣੇ ਉਹਨੇ ਦੋ ਹੀ ਛੱਡ ਦਈਏ ਮੈਂ ਕਹਿੰਦਾ ਚਲੋ ਦੋ ਹੀ ਛੱਡ ਦਿੰਦੇ 60,500 ਦੀ 60,500 ਦੇ ਦਾਂਗੇ ਅਗਲੀ ਬਾਕੀ ਮੌਕੇ ਤੇ ਹੋਰ ਛੋੜ ਕਰ ਲਈ ਕਿ 500 ਇਹਦੇ ਨਾਂ ਦਾ ਕਰ ਦਈਏ ਪੂਰਾ 60 ਹੀ ਕਰੀਏ ਕਿ ਕਰ ਦੋ ਇਹਦੇ ਨਾਲ 500 ਪੂਰਾ ਇਹਦੇ ਨਾਂ ਦਾ ਵੀਰ ਦਾ ਤੇ ਹੋ ਗਈ 60,000 ਦੀ ਠੀਕ ਆ ਤੇ ਅੱਗੇ ਸੂਈ ਆ ਗਈ ਕੱਟੀ ਮਗਰ ਕੱਟੀ ਬੜੀ ਸੋਹਣੀ ਆ ਪਲੀ ਆ ਕੇ 6 ਕਿਲੋ ਦੁੱਧ ਇਸ ਟਾਈਮ ਤੇ 6 ਕਿਲੋ ਤੁਹਾਨੂੰ ਪਤਾ ਆ ਵੇਖੋ ਜੀ ਕੱਟੀ ਮਗਰ ਇੱਕ ਨੀ ਦੋ ਦੋਵੇਂ ਪਲੀਆਂ ਪਲਾਈਆਂ ਦੋ ਪੀਸ ਇੱਕ ਦੇ ਨਾਲ ਇੱਕ 55,000 ਦੀ ਦੇਵਾਂਗੇ ਇਹ ਵੀ 55,000 ਦੀ ਦੇਦਾਂਗੇ ਮਾਣ ਕਰਾਉਣਾ ਵੀਰ ਕੋ ਕੈਨੇਡਾ ਵਾਲੇ ਵੀਰ ਨੇ ਖੁੱਲਾ ਮਾਣ ਕਰਨਾ ਵਾ ਆਪਾਂ ਹੀ ਦੱਸਣਾ ਖਾਣਾ ਥੋਣਾ ਦੀ ਵਾਧ ਘੱਟ ਨੀ ਕੋਈ ਤੇ ਦੱਸੋ ਫੇਰ ਭਾਜੀ ਦੋ ਕਰ ਦਈਏ
ਸਾਢੇ 55 ਹਜ਼ਾਰ ਦੀ 6 ਕਿਲੋ ਦੁੱਧ ਵਾਲੀ ਆ। ਠੀਕ ਆ, ਤੇ ਕਰਨੀ ਵੀਰ ਜੀ ਗੱਲਬਾਤ ਹੋਰ ਕੀਤੇ ਅੱਜ ਵੇਚਣੀਆਂ। ਹਾਂਜੀ ਹਾਂਜੀ, ਚਲੋ ਕੋਈ ਭੈਣ ਭਰਾ ਫੋਨ ਲਾਵੇ ਰਲ ਮਿਲ ਕੇ, ਚਲੋ ਥੋੜਾ ਬਾਲਾ ਤੇ 100-200 ਦਾ ਹੋ ਹੀ ਜਾਂਦਾ। ਹਾਂਜੀ ਠੀਕ ਆ, ਕੋਈ ਦੇ ਦਾਂਗੇ। ਸਹੀ ਆ, ਤੇ ਬਾਕੀ ਆਹੀ ਵੀਰ ਕੋ ਇੱਕ ਵੀਰ ਨਾਲੇ ਕਹਿੰਦਾ ਗਾਈ ਫ੍ਰੀ ਦੇਣੀ ਜਿਹੜੀ ਕਰਨੀ ਪੈਣੀ ਇਹਦੀ, ਹਨਾ ਇਹਦਾ ਫ੍ਰੀ ਦੇਣੀ ਆ, ਪੈਸੇ ਨੀ ਇਹਦਾ ਕੋਈ ਵੀ ਲੈਣਾ, ਤੇ ਬਾਕੀ ਸੇਵਾ ਕਰੂ ਤੇ ਦੁੱਧ ਪੀ ਜਾਊਗਾ ਅਗਲਾ। ਤੇ ਆਹੀ ਚਾਰ ਮੱਝਾਂ ਦੋ ਸਾਰੀਆਂ ਹੀ ਸੋਹਣੀਆਂ ਸੁਨੱਖੀਆਂ ਇੱਕ ਦੂਜੀ ਨੂੰ ਉੱਪਰਿਆ ਜੀ। ਹਾਂਜੀ ਹਾਂਜੀ, ਸੋਹਣੀ ਆ ਜੀ, ਚੰਗੀ ਵੱਡੀ ਆ। ਤੇ ਆਹ ਨੀਲੀ ਰਾਵੀ ਬੜੀ ਸੋਹਣੀ ਆ, ਆ ਕੇ ਆਪਣੀ ਤਸੱਲੀ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਹਾਂਜੀ ਹਾਂਜੀ, ਠੀਕ ਆ ਜੀ, ਧੰਨਵਾਦ।